ਅੱਜ ਅਸੀਂ ਸ਼੍ਰੋਮਣੀ ਅਕਾਲੀ ਦਲ ਦੀ ਡੈਲੀਗੇਸ਼ਨ ਅਸੀਂ ਆਨਰੇਬਲ ਗਵਰਨਰ ਸਾਹਿਬ ਨੂੰ ਮਿਲੇ ਹਾਂ। ਕੈਪਟਨ ਅਮਰਿੰਦਰ ਸਿੰਘ ਦੀ ਸਿਫਾਰਿਸ਼ 'ਤੇ ਜੋ ਚਾਰ ਪੁਲਿਸ ਮੁਲਾਜ਼ਮ ਜਿਨ੍ਹਾਂ ਨੇ ਇੱਕ ਸਿੱਖ ਨੌਜਵਾਨ ਦਾ ਫੇਕ ਇਨਕਾਊਂਟਰ ਕੀਤਾ ਸੀ, ਉਹਨੂੰ ਜਿਨ੍ਹਾਂ ਨੂੰ ਪੁਲਿਸ ਮੁਲਾਜ਼ਮਾਂ ਨੂੰ ਉਮਰ ਕੈਦ ਕੋਰਟਸ ਨੇ ਦਿੱਤੀ ਅਤੇ 2 ਸਾਲ ਜੇਲ੍ਹ ਰਹਿਣ ਦੇ ਬਾਵਜੂਦ ਇਕੱਲੇ 2 ਸਾਲ ਬਾਅਦ ਉਹਨਾਂ ਨੂੰ ਮਾਫ਼ੀ ਦੇ ਦਿੱਤੀ। ਇੱਕ ਬਹੁਤ ਵੱਡਾ ਗੁਨਾਹ ਅਤੇ ਪਾਪ ਕੀਤਾ। ਅੱਜ ਅਸੀਂ ਗਵਰਨਰ ਸਾਹਿਬ ਨੂੰ ਮਿਲੇ ਹਾਂ ਕਿ ਉਹ ਜਿਹੜਾ ਉਹਨਾਂ ਦਾ ਆਰਡਰ ਹੈ ਉਹਨੂੰ ਇਮੀਡੀਏਟਲੀ ਰਿਕਾਲ ਕੀਤਾ ਜਾਏ। ਸਾਡੇ ਨਾਲ ਉਹ ਜਿਹੜਾ ਨੌਜਵਾਨ ਬੱਚਾ ਹਰਜੀਤ ਸਿੰਘ ਜਿਹੜਾ 22 ਸਾਲ ਦੀ ਉਮਰ ਸੀ, ਮਲੇਰਕੋਟਲੇ ਇੱਕ RMP ਡਾਕਟਰ ਦੀ ਦੁਕਾਨ 'ਤੇ ਬੱਚਾ ਕੰਮ ਕਰਦਾ ਸੀ, ਉਸ ਨੂੰ ਹਰਿੰਦਰ ਸਿੰਘ ASI ਦੇ ਨਾਲ ਚਾਰ UP ਦੇ ਪੁਲਿਸ ਮੁਲਾਜ਼ਮ ਆਏ, ਉਸ ਦੇ ਘਰੋਂ ਉਹਨੂੰ ਉਠਾ ਕੇ ਲੈ ਗਏ ਅਤੇ ਉਸ ਟਾਈਮ ਉਸ ਨੌਜਵਾਨ ਬੱਚੇ ਦੀ ਭੈਣ ਬੀਬੀ ਹਰਜਿੰਦਰ ਕੌਰ ਸਾਡੇ ਨਾਲ ਹੈਗੀ, ਹਰਜੀਤ ਕੌਰ ਸਾਡੇ ਨਾਲ ਹੈਗੀ। ਇਹਨਾਂ ਦੇ ਸਾਹਮਣੇ ਉਹ ਬੱਚੇ ਨੂੰ ਉਠਾ ਕੇ ਲੈ ਗਏ ਮਲੌਟ ਥਾਣੇ। ਜਦੋਂ ਆ ਪਰਿਵਾਰ ਭੱਜ ਕੇ, ਸਰ ਮਹਿੰਦਰ ਸਿੰਘ ਉਦੋਂ ਪੰਜਾਬ ਸਰਕਾਰ ਦੇ ਮੁਲਾਜ਼ਮ ਸੀ, ਰੋਡਵੇਜ਼ ਦੇ ਵਿੱਚ ਮੁਲਾਜ਼ਮ ਸੀ, ਇੱਕ SC ਪਰਿਵਾਰ, ਗਰੀਬ ਪਰਿਵਾਰ ਨਾਲ ਸੰਬੰਧਿਤ। ਜਦੋਂ ਆ ਮਲੌਟ ਥਾਣੇ ਗਏ, ਉੱਥੇ ਉਹਨਾਂ ਨੂੰ ਕਿਹਾ ਕਿ ਇੱਥੇ ਨਹੀਂ ਹੈ, ਹੋਰ ਕਿਤੇ ਹੈ। ਅਤੇ 4 ਦਿਨ ਬਾਅਦ UP ਦੀ ਖਬਰ ਆਈ ਕਿ ਇੱਕ ਇਨਕਾਊਂਟਰ ਹੋਇਆ ਜਿੱਥੇ ਹਰਜੀਤ ਸਿੰਘ ਨੂੰ ਮਾਰਿਆ ਗਿਆ ਇਨਕਾਊਂਟਰ 'ਚ। ਜਿਹੜਾ ਬੱਚਾ 22 ਸਾਲ ਦਾ ਘਰੋਂ ਚੱਕਿਆ ਗਿਆ ਹੋਏ ਪੰਜਾਬ 'ਚੋਂ ਅਤੇ ਉੱਥੇ UP ਜਾ ਕੇ ਫੇਕ ਇਨਕਾਊਂਟਰ ਕੀਤਾ, ਇਹ ਤੋਂ ਮਾੜੀ ਗੱਲ, ਮਰਡਰ, ਵੱਡਾ ਮਰਡਰ ਕੀ ਹੋ ਸਕਦਾ? ਇਸ ਪਰਿਵਾਰ ਨੇ, ਸਰ ਮਹਿੰਦਰ ਸਿੰਘ ਜੀ ਨੇ ਸਾਰੀ ਇਹਨਾਂ ਦੀ ਜਿਹੜੀ ਪੈਨਸ਼ਨ ਸੀ, ਸਾਰਾ ਕੁਛ ਜਿਹੜਾ ਇਹਨਾਂ ਦਾ ਕਮਾਇਆ ਸੀ ਸਰਕਾਰੀ ਨੌਕਰੀ 'ਚ, ਸਾਰਾ ਕੁਛ ਲਾ ਕੇ 22 ਸਾਲ ਲੜਾਈ ਲੜੀ 22 ਸਾਲ ਕਚਹਿਰੀਆਂ 'ਚ। ਆ ਕੇਸ CBI ਤੋਂ ਇਨਵੈਸਟੀਗੇਟ ਕੀਤਾ ਗਿਆ, CBI ਨੇ ਇਨਵੈਸਟੀਗੇਟ ਕੀਤਾ ਗਿਆ। ਅਤੇ ਜਿਹੜੀ ਵੱਡੀ ਗੱਲ ਹੈ, ਆਨਰੇਬਲ ਜੱਜ ਸਾਹਿਬ ਨੇ ਜੋ ਆਪਣੇ ਆਰਡਰ 'ਚ ਲਿਖਿਆ, ਆ ਆਨਰੇਬਲ ਜੱਜ ਸਾਹਿਬ ਦਾ ਮੈਂ ਆਰਡਰ ਪੜ੍ਹ ਰਿਹਾ ਜਿੱਥੇ ਲਿਖਿਆ, ਦ ਮੋਟਿਵ ਆਫ ਦ ਅਕਿਊਜ਼, ਜਿਹੜੇ ਚਾਰ ਪੁਲਿਸ ਮੁਲਾਜ਼ਮਾਂ ਨੇ ਜਿਹੜਾ ਮਰਡਰ ਕੀਤਾ, ਜੱਜ ਸਾਹਿਬ ਲਿਖਿਆ ਉਹਨਾਂ ਦਾ ਮੋਟਿਵ ਇਜ਼ ਰਿਟ ਲਾਰਜ ਔਨ ਦ ਫਾਈਲ। ਫਾਈਲ 'ਚ ਕਹਿੰਦਾ ਸਾਰਾ ਪਤਾ ਲੱਗਦਾ ਦੈਟ ਦੇ ਵਾਂਟਡ, ਦੈਟ ਦ ਮੁਲਾਜ਼ਮ ਵਾਂਟਡ ਟੂ ਮਰਡਰ ਹਰਜੀਤ ਸਿੰਘ ਟੂ ਅਰਨ ਅਵਾਰਡ ਐਂਡ ਰਿਵਾਰਡ ਫੋਰ ਥੈਮ। ਇੱਕ ਅਵਾਰਡਸ ਅਤੇ ਰਿਵਾਰਡਸ ਲੈਣ ਵਾਸਤੇ ਇੱਕ ਗਰੀਬ ਨੌਜਵਾਨ ਸਿੱਖ ਬੱਚੇ ਨੂੰ ਉਹਨਾਂ ਨੇ ਮਾਰ ਦਿੱਤਾ, ਉਹਨਾਂ ਨੂੰ ਸਜ਼ਾ ਮਿਲਣੀ ਕੀ ਸੀ? ਪੰਜਾਬ ਸਰਕਾਰ ਨੇ, ਮੁੱਖ ਮੰਤਰੀ ਜੀ ਨੇ ਉਹਨਾਂ ਨੂੰ ਜੇਲ੍ਹ 'ਚੋਂ ਕਢਾ ਦਿੱਤਾ। ਵੱਡੀ ਗੱਲ ਹੈ,
ਇਸ ਪਰਿਵਾਰ ਨੇ ਜਦੋਂ ਉਮਰ ਕੈਦ ਦੀ ਸਜ਼ਾ ਹੋਈ, ਸਰਮਿੰਦਰ ਸਿੰਘ ਨੇ ਅਪੀਲ ਫਾਈਲ ਕੀਤੀ ਹਾਈ ਕੋਰਟ 'ਚ। ਡਬਲ ਬੈਂਚ ਅਪੀਲ ਅੱਜ ਵੀ ਚੱਲ ਰਹੀ ਹੈ ਕਿ ਇਹਨੂੰ ਇਹ ਤੋਂ ਵੀ ਵੱਡੀ ਸਜ਼ਾ ਮਿਲਣੀ ਚਾਹੀਦੀ ਹੈ ਮੇਰੇ ਬੱਚੇ ਮੱਚੇ ਦੇ ਕੱਲ੍ਹ ਨੂੰ। ਉਹ ਅਪੀਲ ਹਲੇ ਹਾਈ ਕੋਰਟ 'ਚ ਹੈ, ਮਤਲਬ ਪਰਸੋਂ ਦੀ ਤਰੀਕ ਸੀ ਅਤੇ ਪੰਜਾਬ ਸਰਕਾਰ ਨੇ ਛੱਡਤਾ। ਐਜ਼ ਪਰ ਲਾਅ, ਪਹਿਲੀ ਗੱਲ, ਪੰਜਾਬ ਸਰਕਾਰ ਛੱਡ ਨਹੀਂ ਸਕਦੀ। ਅਸੀਂ ਗਵਰਨਰ ਨੂੰ ਕਿਹਾ ਇਹਨਾਂ ਨੇ ਫੈਕਟਸ ਉੱਥੋਂ ਲੁਕੋਏ ਹੈ, ਜਾਣ ਕੇ ਅਸੀਂ ਚਾਹੁੰਦੇ ਕਿ ਸਾਰੇ ਫੈਕਟਸ ਬੁਲਾਓ। ਹੁਣ ਆ ਗਰੀਬ ਪਰਿਵਾਰ ਆ ਵਿਚਾਰੇ ਕੋਲ, ਹੁਣ ਸਰਮਿੰਦਰ ਸਿੰਘ ਕੋਲ ਪੈਸਾ ਹੀ ਖਤਮ ਹੋ ਗਿਆ। ਅੱਜ ਉਹ ਸਰਮਿੰਦਰ ਸਿੰਘ ਆਪਣੀ ਬੇਟੀ ਦੇ ਘਰੇ ਰਹਿੰਦੇ ਆ, ਬੇਟੀ ਦਿਹਾੜੀ ਕਰਦੀ ਹੈ, ਬੇਟੀ ਦਿਹਾੜੀ ਕਰਕੇ ਇੱਕ ਆਮਦਨ ਕਰਦੀ ਹੈ, ਕਮਾਉਂਦੀ ਹੈ, ਅਤੇ ਆਹ ਬਜ਼ੁਰਗ ਉਹਨਾਂ ਦੇ ਔਰ ਕਰੇ ਰਹਿੰਦੇ ਆ, ਅਤੇ ਇਹਨਾਂ ਦੇ ਬੱਚੇ ਨੂੰ ਮਾਰ ਕੇ ਪੁਲਿਸ ਵਾਲੇ ਚਲ ਜਾਣ। ਇਕੱਲਾ ਹੀ ਮੁੰਡਾ ਵਿਚਾਰੇ ਦਾ 22 ਸਾਲ ਲੜਾਈ ਕਰਕੇ, ਅਤੇ ਹੁਣ 2 ਸਾਲ ਬਾਅਦ ਤੁਸੀਂ ਛੱਡ ਦਿਓ ਕਾਤਲਾਂ ਨੂੰ, ਇਹਨਾਂ ਵਿਚਾਰਿਆਂ ਦੇ ਦਿਲ 'ਤੇ ਕੀ ਗੁਜਰੂਗੀ। ਸੋ ਮੈਂ ਅਸੀਂ ਗਵਰਨਰ ਸਾਹਿਬ ਨੂੰ ਅਪੀਲ ਕੀਤੀ ਹੈ, ਰਿਕੁਐਸਟ ਕੀਤੀ ਹੈ ਕਿ ਪੰਜਾਬ ਵਿੱਚ ਇਟ ਇਜ਼ ਕ੍ਰੀਏਟਿੰਗ ਵੈਰੀ ਸਟਰੋਂਗ ਸੈਂਟੀਮੈਂਟਸ। ਜਿਹੜੇ ਪੰਜਾਬ ਸਰਕਾਰ ਨੇ ਬਹੁਤ ਵੱਡਾ, ਕੈਪਟਨ ਸਾਹਿਬ ਨੇ ਬਹੁਤ ਵੱਡਾ ਗੁਨਾਹ ਕੀਤਾ, ਪਾਪ ਕੀਤਾ ਕਿ ਐਡੇ ਵੱਡੇ ਦੋਸ਼ੀਆਂ ਨੂੰ ਸਜ਼ਾ ਨਹੀਂ ਦਿੱਤੀ ਅਤੇ ਉਹਨਾਂ ਨੂੰ ਛੱਡ ਦਿੱਤਾ। ਅਤੇ ਜੇ ਆ ਗਵਰਨਰ ਸਾਨੂੰ ਪੋਜ਼ਿਟਿਵ ਰਿਸਪੋਂਸ ਨਹੀਂ ਆਉਂਦਾ, ਜੇ ਕਾਨੂੰਨ ਦੇ ਤਹਿਤ ਨਹੀਂ ਕਰਦੇ, ਵੀ ਵਿਲ ਟੇਕ ਦ ਨੈਕਸਟ ਸਟੈਪ। ਬਿਊਰੋ ਰਿਪੋਰਟ, ਆਵਾਜ਼ ਏ ਕੌਮ ਟੀਵੀ।